ਕੁੜੇ ਬਿੰਦਰ ਬੇਬੇ ਨੀ ਕਿਹੜੇ ਕੋਠੜੇ ਚ ਵੜ ਗਈ ਨਿਕਲਿਆ ਛੇਤੀ ਕਿਹੜੇ ਭੜੋਲੇ ਚ ਵੜ ਗਈ सलाम कर की कर सलाम कर अच्छा सलाम कर जी सलाम कहनी है सास्रीकाल लोक रंग नूराट वालिया नू चाहण वालिया नू बुला के रहा सास्रीकाल सास्रीकाल जी सास्रीकाल सास्रीकाल जी मैं लोक रंग नूराट तो नूर ते ए थोड़ी लोक रंग नूराट दी बेबे देता सही कि डरो पाउंदी है नी तू किवें चमकी जी फिरदी है नी मैं के आज मैं चमको बन के देख ला तू किवें चिट्टी चिट्टी होई पई है मैं तो मड़े कम चली थी नी तू किथे नु कम चलती मेनू भी उंगली ला के नाले ले चल चल आए कर तू हुण अपने चाहण वालिया नू अपने फैना नू ए दस तू मेनू किथे घुमाउण चली अज मैं तेन मिलना है न्यू सरप्राइज चल चलिए भाई आज चल बेबे चल तू देख चल आ जा केरा गड्डी आ गई भाई आ गई आ गई ले भाई क्यों कुड़े देख के ਕਿਤੇ ਆ ਹਾ ਜਗੀਰ ਹੋ ਜਾਇ ਫਤੀ ਹੋਰ ਖੜੀ ਹੋਵੇ ਕਿਤੇ ਨਹੀਂ ਸਿੱਕ ਬੁੱਕ ਤਾਂ ਚੱਲ ਜਲਦੀ ਚੱਲ ਕੋਈ ਨਹੀਂ ਸਿੱਕ ਬੁੱਕ ਤਾਂ ਚੱਲ ਬੈਠ ਗੱਡੀ 'ਚ ਭੱਜ ਕੇ ਵੇਂਦੇ ਭੱਜ ਕੇ ਬਹਿ ਜਾ ਕੁੜੇ ਲੈ ਵੱਡ ਜਾ ਬਹਿ ਜਾ ਕੇ ਮੈਂ ਵੀ ਬਹਿ ਜਾ ਮੂਰੇ ਆਹ ਬੈਠ ਮੂਰੇ ਚੰਗਾ ਲੈ ਲਾ ਲੈ ਕੁੰਡਾ ਚੱਲ ਭਾਈ ਆ ਜਾ ਮੁੰਡਿਆ ਕੈਮਰੇ ਵਾਲੇ ਚੱਲ ਗਏ ਅੱਜ ਅਸੀਂ ਮੇਰੇ ਪਿੰਡੋਂ ਤੁਰ ਪਏ ਹਾਂ ਬਰਵਾਲੀ ਬਰਵਾਲੀ ਤੋਂ ਬਾਅਦ ਸਰਵਰਪੁਰ ਤੋਂ ਬਾਅਦ ਘਰਖਣਾ ਪੰਗਲਾਂ ਓਟਾਲਾ ਸਮਰਾਲਾ ਸ੍ਰੀ ਮਾਛੀਵਾੜਾ ਸਾਹਿਬ ਉਸ ਤੋਂ ਬਾਅਦ ਦਰਿਆਏ ਸਤਲੁਜ ਪਾਰ ਕਰਕੇ ਅਸੀਂ ਰਾਹੋਂ ਤੋਂ ਅਸੀਂ ਖੱਬੇ ਪਾਸੇ ਨੂੰ ਮੁੜਾਂਗੇ ਔੜ ਵਾਲੇ ਪਾਸੇ ਨੂੰ ਉਸ ਤੋਂ ਅਗਲੇ ਪਿੰਡਾਂ ਦੇ ਨਾਂ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਅਤੇ ਅਸੀਂ ਤੁਹਾਨੂੰ ਦੱਸਾਂਗੇ ਨਹੀਂ ਅਸੀਂ ਅੱਜ ਤੁਹਾਨੂੰ ਆਪਣੇ ਇੱਕ ਆਰਟਿਸਟ ਨੂੰ ਜਿਹਨੂੰ ਮਿਲਾਉਣ ਚੱਲੇ ਹਾਂ ਉਹ ਅਸੀਂ ਉਹ ਕੀ ਹੈ ਬੇਬੇ ਨੀ ਚੁੱਪ ਕਰ ਜਾ ਹਾਂ ਕੁੜੇ ਕਹਾ ਤੇ ਕਿਵੇਂ ਘੂਰਦੀ ਆ ਕੀ ਹੈ ਉਹ ਤਾਂ ਦੱਸੂਗੀ ਉੱਥੇ ਜਾ ਕੇ ਕਿਉਂ ਉੱਥੇ ਜਾ ਕੇ ਸਰਪ੍ਰਾਈਜ਼ ਦੇਣਾ ਮੈਂ ਅੱਛਾ ਤਾਂ ਸਰਪ੍ਰਾਈਜ਼ ਦੇਣਾ ਹੈ ਅੱਛਾ ਪੱਤਰੀ ਜੀ ਜਿਹਨੂੰ ਦੱਸਣਾ ਨਹੀਂ ਹੈਗਾ ਚਲ ਕੋਈ ਨਹੀਂ ਨਾ ਦੱਸ ਫਿਰ ਬੇਬੇ ਤੂੰ ਵੀ ਬਹੁਤ ਚਵਲ ਹੈ ਪੂਰੀ ਇੱਕ ਨੰਬਰ ਦੀ ਜਮਾਂ ਨਹੀਂ ਮੈਨੂੰ ਭੇਤ ਖੋਲਦੀ ਹੈਗੀ ਦਿਲ ਦੇ ਕਹੀ ਜੀ ਅੜੇ ਚਲ ਫਿਰ ਕੋਈ ਆਪਣੀ ਜਵਾਨੀ ਪੈਰੇ ਦੀ ਗੱਲ ਸੁਣਾ ਦੇ ਨਹੀਂ ਜਵਾਨੀ ਪੈਰੇ ਦੀ ਛੱਡ ਹੁਣ ਤੋਂ ਕੋਈ ਨਵੀਆਂ ਗੱਲਾਂ ਦੇਖ ਲੈ ਹੁਣ ਬੁਢਾਪੇ ਪੈਰੇ ਦੀ ਸੁਣਾ ਦੇ ਕੁੜੇ ਫਿਰ ਉਹ ਤਾਂ ਲੰਘੀਆਂ ਜਿਹੜੀਆਂ ਲੰਘੀਆਂ ਅੱਛਾ ਲੈ ਫਿਰ ਆ ਜਾ ਗੀਤ ਗਾ ਲਈਏ ਕਾਹੇ ਨੂੰ ਛੱਤੀਆਂ ਲੈ ਬੋਲ ਤੇਰਾ ਗੰਡਾ ਟਣਕਦਾ ਬੇਬੇ ਮੈਂ ਤਾਂ ਕਿਹਾ ਨੀ ਘੱਸ ਗਿਆ ਹੋਣਾ ਤੇਰਾ ਬੋਲ ਤੇਰੇ ਤਾਂ ਜਿਵੇਂ ਟੱਲੀ ਵਾਂਗੂ ਟਣਕਦਾ ਚੱਲ ਕੋਈ ਗੁਰੂਆਂ ਦਾ ਨਾਮ ਵੀ ਲੈ ਲਾ ਚੱਲ ਤੂੰ ਸ਼ੁਰੂ ਕਰ ਲੈ ਗੁਰੂਆਂ ਦਾ ਚਿੱਟੀਆਂ ਪੂਣੀਆਂ ਤੰਦ ਲੈਣ ਹਲਾਰੇ ਚਿੱਟੀਆਂ ਪੂਣੀਆਂ ਤੰਦ ਲੈਣ ਹਲਾਰੇ ਨਿਕਲੰਗੀ ਵਾਲੇ ਨੇ ਲੱਖ ਪਾਪੀ ਤਾਰੇ ਕਲੰਗੀ ਵਾਲੇ ਨੇ ਲੱਖ ਪਾਪੀ ਤਾਰੇ ਕਲੰਗੀ ਵਾਲੇ ਨੇ ਲੱਖ ਪਾਪੀ ਤਾਰੇ ਮੈਂ ਵੀ ਤਾਂ ਜਾਣਾ ਜੇ ਮੈਨੂੰ ਤਾਰੇ ਮੈਂ ਵੀ ਤਾਂ ਜਾਣਾ ਜੇ ਮੈਨੂੰ ਤਾਰੇ ਕੋਈ ਨੀ ਬੇਬੇ ਜੀ ਤਰ ਜੇਗੀ ਸੰਗਤਾਂ ਦੇ ਨਾਲੇ ਤੂੰ ਵੀ ਤਰ ਜੇਗੀ ਸੰਗਤਾਂ ਦੇ ਨਾਲੇ ਤੂੰ ਵੀ ਤਰ ਜੇਗੀ ਸੰਗਤਾਂ ਦੇ ਨਾਲੇ ਲੈ ਕੁੜੇ
ਤਰੀ ਹੋਈਆਂ ਤੂੰ ਬਾਬੇ ਨੇ ਕਿਰਪਾ ਕੀਤੀ ਹੋਈ ਹੈ ਹਾਂ ਜੀ ਹਾਂ ਬਾਬੇ ਨੇ ਕਿਰਪਾ ਕੀਤੀ ਹੋਈ ਹੈ ਬਾਬਾ ਜੀ ਦੀ ਸਭ ਨੂੰ ਕਿਰਪਾ ਰੱਖੇ ਕਿਰਪਾ ਕੀਤੀ ਹੋਈ ਹੈ ਸਾਰਿਆਂ ਤੇ ਪਰਮਾਤਮਾ ਕਿਰਪਾ ਰੱਖੇ ਸਾਰਿਆਂ ਨੂੰ ਤੰਦਰੁਸਤ ਰੱਖੇ ਸਾਰਿਆਂ ਨੂੰ ਖੁਸ਼ ਰੱਖੇ ਬੇਬੇ ਅੜੀਏ ਮੈਨੂੰ ਤਾਂ ਪਰ ਨੀਂਦ ਜੀ ਆਉਂਦੀ ਹੈ ਜਾਨੀ ਗੱਡੀ ਦੇ ਵਿੱਚ ਤਾਂ ਕਿੰਨਾ ਠੰਡਾ ਠੰਡਾ ਹੋਇਆ ਪਿਆ ਮੌਸਮ ਹਾਂ ਨਹੀਂ ਜੀ ਹਰ ਵੇਲੇ ਇਦਾਂ ਰਹੇ ਮੈਂ ਤਾਂ ਗੋਰ ਚਿੱਟੀ ਹੋਰ ਵੀ ਹੋ ਜੀ ਹੋਰ ਜਿਵੇਂ ਅੱਜ ਗੋਰ ਚਿੱਟੀ ਹੋ ਕੇ ਦੇਖਾਂ ਤਾਂ ਕੋੜੇ ਹੱਥ ਵੀ ਚਿੱਟੇ ਕਰ ਲੈਂਦੀ ਪਰ ਕਰ ਲੈ ਥੋੜਾ ਥੋੜਾ ਜਿਹਾ ਕਰ ਲਿਆ ਅੱਛਾ ਚਲ ਅੱਜ ਤਾਂ ਜਾਨੀ ਬਾਲੀ ਚਿੱਟੀ ਲੱਗਦੀ ਹੈ ਬੇਬੇ ਜੀ ਲੈ ਆ ਗਿਆ ਬਰਵਾਲੀ ਦਾ ਅੱਡਾ ਲਓ ਜੀ ਆ ਜਾ ਬੇਬੇ ਨਹੀਂ ਉਤਰਿਆ ਆ ਜਾ ਕੇਰਾ ਆ ਜਾ ਲੈ ਆਪਾਂ ਖੜੇ ਆ ਮਾਲਵੇ ਵਾਲੇ ਪਾਸੇ ਆ ਜਾ ਆ ਜਾ ਬੋਟਰ ਤੇ ਆ ਗਏ ਬੋਟਰ ਤੇ ਪੈਰ ਤਾਂ ਨਹੀਂ ਸੌਂ ਗਿਆ ਕਾਹਨੂੰ ਸੌਂ ਗਏ ਪੈਰ ਆਪਾਂ ਖੜੀਏ ਬੇਬੇ ਜੀ ਮਾਲਵੇ ਵਾਲੇ ਪਾਸੇ ਅੱਛਾ ਇਹ ਬਾਰਡਰ ਆ ਗਿਆ ਜਣ ਦੀ ਇਹ ਬਾਰਡਰ ਨਹੀਂ ਇਹ ਸਤਲੁਜ ਦਰਿਆ ਆ ਗਿਆ ਹਨਾ ਇਹ ਸਤਲੁਜ ਦਰਿਆ ਦਾ ਬੰਨ ਹੈ ਇਹ ਸਤਲੁਜ ਦਰਿਆ ਜਿਹੜਾ ਪਿੱਛੋਂ ਰੋਪੜ ਤੋਂ ਆ ਕੇ ਹੁੰਦਾ ਹੋਇਆ ਇਹ ਪੁਲ ਬਣਿਆ ਆਪਾਂ ਮਾਲਵੇ ਵਾਲੇ ਪਾਸੇ ਖੜੇ ਆ ਆਪਾਂ ਜਾਣਾ ਹੈ ਦੁਆਬੇ ਵਾਲੇ ਪਾਸੇ ਕਿੱਥੇ ਜਾਣਾ ਹੈ ਦੁਆਬੇ ਵਾਲੇ ਪਾਸੇ ਨਹੀਂ ਆਹੋ ਆਪਾਂ ਦੁਆਬੇ ਵਾਲੇ ਪਾਸੇ ਜਾਣਾ ਹੈ ਹੋਰ ਸਤਲੁਜ ਦਰਿਆ ਇੱਥੇ ਕਿਸੇ ਟਾਈਮ ਬੇੜੀ ਪੈਂਦੀ ਹੁੰਦੀ ਸੀ ਬੇੜੀ ਬੇੜੀ ਪੈਂਦੀ ਹੈ ਫੇਰ ਭੈਣੇ ਮੈਂ ਇੱਕ ਵਾਰੀ ਆਈ ਜਦ ਮੈਂ ਆਰ ਕੇ ਆਰੀਆ ਕਾਲਜ ਪੜ੍ਹਾਉਣ ਤੋਂ ਪਹਿਲਾਂ ਇੱਕ ਵਾਰੀ ਮਾਸੀ ਦੀ ਕੁੜੀ ਨੂੰ ਮਿਲਣ ਆਈ ਮੈਂ ਤਾਂ ਭੈਣੇ ਇੱਥੇ ਐਡੀ ਬੇੜੀ ਕਿਤੇ ਉਹਦੇ ਐਡਾ ਡੰਡਾ ਉਹਦੇ ਵਿੱਚੇ ਮੋਟਰਸਾਈਕਲ ਲੱਦ ਠੂ ਪਾਰ ਹੋ ਗਈ ਪਾਣੀ ਨੂੰ ਮੱਥਾ ਟੇਕ ਲੈ ਭੈਣੇ ਜਲ ਮਿਲਿਆ ਪਰਮੇਸ਼ਰ ਮਿਲਿਆ ਹਨਾ ਇਹ ਦਰਿਆ ਜਦ ਕਿਤੇ ਹੜ ਆ ਜਾਂਦੇ ਨੇ ਕਿਤੇ ਇਹ ਦਰਿਆ ਤਬਾਹੀਆਂ ਮਚਾ ਦਿੰਦੇ ਨੇ ਆਹ ਕਿੱਧਰ ਪਾਸੇ ਤੋਂ ਆਉਂਦਾ ਇਹ ਦਰਿਆ ਇਹ ਸਮਝ ਲਓ ਬਾਰਡਰ ਹੈ ਮਾਲਵੇ ਤੇ ਦੁਆਬੇ ਦਾ ਬਾਰਡਰ ਹੈ ਇੱਧਰ ਮਾਲਵਾ ਮਾਛੀਵਾੜਾ ਸਾਹਿਬ ਨੂੰ ਅਸੀਂ ਛੱਡੇ ਆਈਆਂ ਹਨਾ ਤੇ ਇੱਧਰ ਕੀ ਹੈ ਦੁਆਬਾ ਹੁਣ ਆਪਾਂ ਇੱਧਰ ਦੁਆਬਾ ਤੇ ਇੱਧਰ ਮਾਲਵਾ ਮਾਲਵਾ ਹੁਣ ਆਪਾਂ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਐਂਟਰ ਹੋ ਜਾਣਾ ਹੈ ਇੱਥੋਂ ਅੱਗੇ ਨਵਾਂ ਸ਼ਹਿਰ ਜ਼ਿਲ੍ਹਾ ਠੀਕ ਹੈ ਚੱਲ ਬੇ ਭਾਈ ਸੋਹਣੀ ਜੀ ਫੋਟੋ ਬਣਾ ਦੇ ਆ ਜਾ ਸਾਡੀ ਇੱਥੇ ਨੂੰ ਆ ਜਾ ਬੇਬੇ ਜੀ ਇੱਥੇ ਬੇੜੀ ਪੈਂਦੀ ਹੁੰਦੀ ਸੀ ਆ ਦੇਖ ਲੈ ਦਰਿਆ ਪਾਣੀ ਇਹਨੇ ਗਾਹਾਂ ਇਸ ਸਤਲੁਜ ਦਰਿਆ ਨੇ ਨਹੀਂ ਚੱਲ ਥੋੜਾ ਥੋੜਾ ਚੱਲਦਾ ਨਾ ਆਲਾ ਨਹੀਂ ਕੁਛ ਨਹੀਂ ਹੁੰਦਾ ਨਹੀਂ ਤੂੰ ਘਰੋਂ ਨਹੀਂ ਨਾ ਕੇ ਆਈ ਮੈਂ ਤੈਨੂੰ ਨਾ ਕੇ ਆਈ ਆ ਅੱਛਾ ਫੇਰ ਨਾ ਆਈ ਦੇ ਵੀ ਠੰਡੇ ਠੰਡੇ ਚ ਵੜਨ ਨੂੰ ਜੀ ਕਰਦਾ ਚੱਲ ਕੋਈ ਨਹੀਂ ਕਦੇ ਆਪਾਂ ਆਵਾਂਗੇ ਉਹ ਦੇਖੋ ਭਾਈ ਨਾ ਰਹੇ ਨਹੀਂ ਦੇਖ ਲੈ ਕਿਵੇਂ ਨਿਆਣੇ ਵਿੱਚ ਨੂੰ ਨਹਾਉਂਦੇ ਨੇ ਇਹ ਦਰਿਆ ਇੱਕਣੇ ਭੈਣੇ ਲੁਧਿਆਣੇ ਦੇ ਉੱਪਰ ਦੀ ਹੋ ਕੇ ਹੋ ਕੇਰਾ ਹਰੀ ਕੇ ਪੱਤਣ ਜਾ ਕੇ ਮੁੜ ਕੇ ਪਾਕਿਸਤਾਨ ਚ ਵੜ ਜਾਂਦਾ ਜਾ ਕੇ ਆਉਂਦਾ ਕਿੱਥੋਂ ਆ ਪਾਕਿਸਤਾਨ ਚ ਹੀ ਆ ਨਹੀਂ ਨਾ ਪਾਕਿਸਤਾਨ ਚ ਥੋੜਾ ਆਊਗਾ ਇੱਧਰ ਨੂੰ ਰੋਪੜ ਕੰਨੀ ਹੋ ਜਿਆਦਾ ਰੋਪੜ ਕੰਨੀ ਆ ਜਦ ਆਪਾਂ ਕੀਰਤਪੁਰ ਸਾਹਿਬ ਨੂੰ ਜਾਨੀਆਂ ਹੁੰਨੀਆਂ ਰਸਤੇ ਚ ਇਹ ਆਉਂਦਾ ਆਪਾਂ ਨੂੰ 20 ਜਗ੍ਹਾ ਤਾਂ ਟੱਕਰਦਾ ਤੈਨੂੰ ਪਤਾ ਹੀ ਨਹੀਂ ਲੱਗਦਾ ਬੇਬੇ ਹਾਂ ਭਾਈ ਸੁੱਤੀ ਪਈ ਵਗਦੇ ਨੇ ਸੁੱਤੀ ਪਈ ਆ ਓ ਸੁੱਤੀ ਹੋ ਰਿਹਾ ਕਰ ਚੱਲ ਹੁਣ ਆਪਾਂ ਚੱਲੀਏ ਹੁਣ ਦਰਿਆ ਪਾਰ ਕਰ ਲਿਆ ਜੀ ਅਸੀਂ ਹੁਣ ਇਹ ਬਹੁਤ ਲੰਬਾ ਪੁਲ ਹੈ ਉਹ ਪੋਲੀ ਕਿਹੜੀ ਹੈ ਜਿਹੜੀ ਕਹਿੰਦੀ ਹੁੰਦੀ ਆ ਵਿੱਚ ਦਰਿਆਵਾਂ ਦੇ ਕਾਗਜ਼ ਬਣ ਬਣ ਕਰੀ ਆ ਕਾਗਜ਼ ਬਣ ਬਣ ਤਰਦਾ ਤਰਦਾ ਚਿੱਟਾ ਕੁੜਤਾ ਪੱਗ ਬਦਾਮੀ ਰੌਂਦ ਗਲਖੜੇ ਰੱਖਦਾ ਨਹੀਂ ਵਿੱਚ ਦਰਿਆਵਾਂ ਦੇ ਕਾਗਜ਼ ਬਣ ਬਣ ਤਰਦਾ ਕਾਗਜ਼ ਬਣ ਬਣ ਤਰਦਾ ਹਾਂ ਇਹ ਦੇਖ ਲਓ ਦਰਿਆ ਦਾ ਪਾਟ ਕਿੱਡਾ ਚੌੜਾ ਹੈ ਤੇ ਪੁਲ ਬਹੁਤ ਲੰਬਾ ਪੁਲ ਹੈ ਚਲ ਬੇਬੇ ਜੀ ਹੁਣ ਆਪਾਂ ਆ ਗਈਆਂ ਰਾਹੋਂ ਹੁਣ ਰਾਹੋਂ ਤੋਂ ਆਪਾਂ ਇੱਥੇ ਇੱਕ ਨੂੰ ਮੁੜਨਾ ਗਾਹਾਂ ਪਤਾ ਨਹੀਂ ਕਿਹੜਾ ਪਿੰਡ ਆਉਂਦਾ ਉਹ ਤੋਂ ਮੁੜ ਕੇ ਆਪਾਂ ਪਿੰਡੋ ਪਿੰਡੀ ਹੋ ਕੇ ਫਿਰ ਆਪਾਂ ਕਿਸੇ ਦੇ ਘਰ ਪਹੁੰਚ ਜਾਣਾ ਠੀਕ ਹੈ ਹੁਣ ਆਪਾਂ ਆ ਗਈਆਂ ਰਾਹੋਂ ਰਾਹੋਂ ਤੋਂ ਆਪਾਂ ਤੁਰਨ ਲੱਗੇ ਹਾਂ ਚਲੋ ਤੁਰੋ ਫਿਰ ਹਾਂ ਚਲੋ ਕੀ ਗੱਲ ਬੇਬੇ ਥੱਕ ਗਈ ਦਰਿਆ ਤੇ ਨਹਾ ਕੇ ਥੱਕ ਤਾਂ ਨੂੰ ਬਈ ਚਲੋ ਹੁਣ ਜਾਣਾ ਵੀ ਆ ਅੱਛਾ ਕੋਈ ਨਹੀਂ ਕਿਉਂ ਅਗਲਾ ਸਰਪ੍ਰਾਈਜ਼ ਵੀ ਇੰਤਜ਼ਾਰ ਕਰਦਾ ਹੋਊਗਾ ਅੱਛਾ ਕਿਉਂ ਉਹਦੀ ਕੋਈ ਬਰਫੀ ਠੰਡੀ ਹੁੰਦੀ ਹੈ ਆਹੋ
ਨੀ ਕੁੜੇ ਬੀਬੀ ਓ ਨੀ ਆ ਕਿੱਥੇ ਆ ਗਈਆਂ ਆਪਾਂ ਆਪਾਂ ਆ ਗਈਆਂ ਕਰਿਆਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਰਿਆਮ ਲੰਘਿਆ ਹੁਣ ਆਪਾਂ ਗਾਹ ਜਾਣੀ ਆ ਭੈਣੇ ਹੁਣ ਤੂੰ ਦੱਸ ਮੇਰੀ ਗੱਲ ਸੁਣ ਤੇਰਾ ਉਹ ਜਿਹੜਾ ਫੁੱਕਣਾ ਕੀ ਠੀਕਾ ਨੀ ਉਹ ਮੇਰਾ ਸਰਪ੍ਰਾਈਜ਼ ਆ ਗਿਆ ਬਸ ਆ ਗਿਆ ਤੇਰਾ ਸਰਪ੍ਰਾਈਜ਼ ਲਖੋਰ ਕੁੰਡਾ ਜੀਵੇਂ ਮੁੰਡਾ ਆ ਗਿਆ ਅੱਛਾ ਲਖੋਰ ਕੁੰਡਾ ਜੀਵੇਂ ਮੁੰਡਾ ਬਾਬਾ ਜੀ ਸਲਾਮ ਕਰਦੀਆਂ ਤੇ ਹਲੇ ਕਿੱਥੇ ਆ ਗਿਆ ਤਾਂ ਜੰਗਲ ਚ ਵਾੜ ਲਿਆ ਲਿਆ ਵੀ ਕਾਹਨੂੰ ਜੰਗਲ ਚ ਆ ਗਿਆ ਸਿਰਫ ਇੱਕ ਮਿੰਟ ਦੀ ਵਾਟ ਰਹਿ ਗਈ ਆਪਣੀ ਅੱਛਾ ਤੇਰੇ ਸਰਪ੍ਰਾਈਜ਼ ਦੀ ਇੱਕ ਮਿੰਟ ਦੀ ਵਾਟ ਰਹਿ ਗਈ ਏ ਬੇਬੇ ਕੁੜ ਕਿੱਥੇ ਤਾਰ ਲਿਆ ਮੈਨੂੰ ਸਿਖਰ ਤੇ ਪਹਿਲੇ ਤਪਾੜ ਪੈਂਦਾ ਨਹੀਂ ਤੂੰ ਆ ਤਾਂ ਸਹੀ ਤਪਾੜ ਪੈਂਦਾ ਤਪਾੜ ਚ ਕਿੱਡਾ ਟਾਟਕਾ ਪੈਂਦਾ ਦੱਸ ਮੈਨੂੰ ਕਿਤੇ ਠੰਡੇ ਥਾਂ ਤਾਰ ਲੰਦੀ ਨਹੀਂ ਜਾਂਦੇ ਠੰਡੇ ਥਾਂ ਚ ਕੋਈ ਨਾ ਹਾਂ ਖੜ ਜਾ ਹੌਲੀ ਹੌਲੀ ਨਾ ਜਾਈ ਆਹ ਪੈਣ ਹੌਲੀ ਨਹੀਂ ਆ ਕਿਹਦੇ ਘਰ ਆ ਗਈ ਕਿਹਦੇ ਘਰ ਕਿਹਦੇ ਘਰ ਤੈਨੂੰ ਦਿਖਾਣੀ ਆ ਨਹੀਂ ਕੁੜੇ ਬੀਬੀ ਨਹੀਂ ਹੋਈ ਨਾ ਕੁੰਡਾ ਖੜਕਾ ਦੀ ਕੁੱਤੇ ਮਗਰ ਪੈ ਜਾਣਗੇ ਹਾਂ ਦੱਸ ਕੁੱਤੇ ਮਗਰ ਪੈ ਜਾਣਗੇ ਹੋਰ ਕਿਤੇ ਤੇਰੀ ਸੁਥਨੀ ਜੀ ਪਾੜ ਕੇ ਆਓ ਜਾ ਨਹੀਂ ਪੈਂਦੇ ਕੁੱਤੇ ਮਗਰ ਖੜਕਾ ਕੁੜੇ ਖੋਲੋ ਹਾਂ ਬੇਬੇ ਤੂੰ ਤਾਂ ਆਪਣੇ ਵਰਗੇ ਹੀ ਸਰਪ੍ਰਾਈਜ਼ ਇਕੱਠੇ ਕਰੀ ਫਿਰਦੀ ਕੱਦੂ ਅਤੇ ਪੇਠਾ ਮੱਥਾ ਟੇਕਦੀ ਅੰਮਾ ਜੀ ਜਿਉਂਦਾ ਰਹਿ ਪਟਾਕੇ ਆ ਜਿਉਂਦਾ ਰਹਿ ਆਂਦੀ ਕੁੜੀਏ ਜਾਂਦੀ ਕੁੜੀਏ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਟਾਈਆਂ ਨੂੰ ਤੁਹਾਨੂੰ ਆਖਦੀਆਂ ਸਾਨੂੰ ਆਖਦੀਆਂ ਸੱਚ ਦੇ ਬਚਨ ਵਿੱਚ ਪਾਵੇ ਜੁਗ ਜਿਉਂਦਿਆਂ ਰਹੋ ਤੁਹਾਨੂੰ ਸਾਡੀ ਵੀ ਉਮਰ ਲੱਗ ਜਾਵੇ ਨੀ ਜੁਗ ਜੁਗ ਜਿਉਂਦਿਆਂ ਰਹੋ ਤੁਹਾਡੀਆਂ ਨਜ਼ਰਾਂ ਲਵਾਂ ਉਤਾਰ ਮੇਰੇ ਦਰ ਕੂੰਜਾਂ ਦੀ ਡਾਰ ਲੈ ਬੀਬੀ ਹੁਣ ਕਰ ਮੂੰਹ ਮਿੱਠਾ ਕੇਰਾ ਵੀ ਪੂਰਾ ਮੂੰਹ ਅੱਡ ਲਾ ਅੱਡਾ ਨੀ ਪੈਣਾ ਹੌਲੀ ਪਾਈ ਭੈਣੇ ਤੇਰੇ ਤਾਂ ਤਿਲਕ ਕਰਦੇ ਜੀ ਆਇਆਂ ਨੂੰ ਗੁਰੂ ਜੀ ਜੀ ਆਇਆਂ ਨੂੰ ਸਾਰਾ ਮੂੰਹ ਅੱਡ ਵੱਡਾ ਵਾਲਾ ਆ ਕਰ ਤਿਲਕ ਲਾ ਕੇ ਫੇਰ ਅੰਦਰ ਆਵੋ ਲੈ ਮੈਂ ਤੁਹਾਡੇ ਵੀ ਲਾ ਦੂੰ ਭੈਣੇ ਲੈ ਹਲਕਾ ਜੀ ਲਾਈਨ ਚ ਹੋ ਜਾਣਾ ਵੈਲਕਮ ਹੋਮ ਥੈਂਕ ਯੂ ਕੁੜੇ ਮੇਰੀ ਸੁਣ ਕਰ ਲੈ ਓ ਤੁਸੀਂ ਖਾਲੀ ਹੋ ਚੱਲੀਆਂ ਨਹੀਂ ਅਸੀਂ ਕਾਹਨੂੰ ਖਾਲੀ ਚੱਲੀਆਂ ਆ ਕਿਹੜਾ ਪਰ ਇਹਨੂੰ ਹੋਵੋ ਕਿਹੜਾ ਤੇ ਬੀਬੀਆਂ ਪਰ ਇਹਨੂੰ ਕੇ ਤਾਂ ਬਚਾ ਅੱਛਾ ਚੁੱਪ ਕਰ ਜਾ ਹਾਂ ਚੁੱਪ ਕਰ ਜਾ ਹਾਂ ਫੜ ਲੈ ਕੇ ਆ ਲੋ ਭਾਈ ਆ ਸੁਣ ਲਓ ਜੀ ਹਾਂ ਮੋਟਾ ਨਖਰੋ ਖੇਤ ਨੂੰ ਚੱਲੀਆ ਦਾ ਪ੍ਰਾਂਤ ਲੱਗ ਗਿਆ ਨਾ ਛੇੜ ਨਾ ਖਾ ਚੱਲ ਕੋਈ ਨਹੀਂ ਉਹੜੇ
ਪਰਦਾ ਕੋਈ ਨਹੀਂ ਆਪਣੇ ਚਾਹਣ ਵਾਲੇ ਨੂੰ ਪਰਦਾ ਕਰਦੇ ਲੈ ਕੋਈ ਗੱਲ ਨਹੀਂ ਲੈ ਮੇਰਾ ਵੀ ਤਾਂ ਪਰਾਂਦਾ ਦੇਖਦਾ ਆਹੋ ਦੇਖ ਲੈ ਕਿ ਚੱਲ ਕੋਲੇ ਬਹਿ ਜਾ ਤੇਰਾ ਪਰਾਂਦਾ ਬੇਬੇ ਕਿੱਥੇ ਅੱਜ ਮੇਰਾ ਪਰਾਂਦਾ ਪੈਣ ਕਰੇ ਰਹਿ ਗਿਆ ਤੇਰੀ ਗੁੱਤੀ ਨਹੀਂ ਮੇਲਣੇ ਨੇ ਸੱਪਣੀ ਬੱਲੇ ਤੇਰੀ ਗੁੱਤਾ ਨਹੀਂ ਮੇਲਣੇ ਸੱਪਣੀ ਨਾਜ ਬਣ ਡੰਗ ਜਾਊਗੀ ਤੇਰੀ ਫੱਕੜ ਨਹੀਂ लो जी नूर जी आप नवा शहर एरिए मशहूर दरगाह जिथे असी मत्था टेकन आने दुआ फरियाद करना आने है ना जी ते साडे बहुत फेमस दरगाह किना दी दरगाह है जी ये दाते माई हुसैन जी उन्हां दी दरगाह हुसैन जी दी दरगाह है जी नवा शहर एरिए दे विच माई हुसैन जी दी इस स्थान दी बड़ी मानता बहुत बड़ी अज जो साडा सरप्राइज है ये मेरे वालों ही सरप्राइज है पर हुण सरप्राइज नहीं रह गया हुण तुहाडे सामने है ते ये सानू अपने इस जगह दे दर्शन कराउणगे ते अपने मेहंदी का बूटा हाँ ये देखो जी माई हसी के दरबार से मेहंदी का बूटा मैं मेहंदी का बूटा बड़ी देर बाद देखे इतने मतलब जो मेला हों मेहंदी की रस्म होंगी है तो इनू ही पी के अच्छा फिर मेहंदी बनाई जाती है जी फिर अच्छा। मेहंदी का शगन किया इस मेहंदी के बूटे तो पत्ते ला के उन्होंने पी के रगड़ के फिर इतने हाँ। जो मेहंदी की रस्म होंगी है तो मेहंदी की रस्म मेहंदी की रस्म तो वह भट्ठी के उ सारा लंगर जो भी है बनता है ये लोह के उत्ते लंगर बनता इतने है ना हाँ जी पढ़ी है ये स्कूल है बहुत वधिया स्कूल बना बहुत चेंज हो गया नज़ारा ही को वखरा हो गया हुण है ना ते सारे अध्यापक बहुत मेहनती ने ते बड़ा वधिया डिवेलपमेंट हो रही है पंचायतां भी कर रही NRI लोग भी कर रहे ने सरकारां भी कर रही ने मेरियां स्कूल च ते टीचर्स आप भी रल के बहुत कोशिशां करदे ने ते इहदियां मेरे ख्याल बहुत यादां होणगीआं यादां नूं आपां बरोटे थले बह के सांझियां करदे आ ते एक यादगार होगी क्योंकि जिथे असी बचपन गुजारिया हुंदा छेवीं तो लैके प्लस टू तक इन्हें इतने स्टडी की है इतने घटनावान दुर्घटनावान टीचर्स नाल प्यार मोह तो कुट भी खाधी होनी कदम कद डंडे भी खाधे हो सारा इस चीज़ नाल इस जगह नाल जुड़िया होया हुण रूप बदलिया होया है ना क्योंकि असली ना विशाल है विशाल साढ़े चे दा ना क्रिस्टल है बहुत मेहनती बच्चा बाई चांस टीचर्स भी मिल गए ने है ना वैसे तो मेरा ख्याल है 2 बजे प्राइमरी स्कूल नू सानू तो छुट्टी 2 बजे हो जाती है इकट्ठा ही है प्राइमरी भी और सेकेंडरी दोनों इकट्ठे ने हां कुदरती देख लो अध्यापक भी मिल गए है ना अपने अध्यापकों मिल के कितनी खुशी होंदी है जिंदगी दे विच ते अपने स्कूल नू देख के कितना ही वधिया लगता है
ਕ੍ਰਿਸਟਲ ਤੇਰਾ ਜ਼ਿਲ੍ਹਾ ਹੈਗਾ ਸ਼ਹੀਦ ਭਗਤ ਸਿੰਘ ਨਗਰ ਹਨਾ ਨਵਾਂ ਸ਼ਹਿਰ ਇਹਦਾ ਪੁਰਾਣਾ ਨਾਂ ਸੀ ਤੇ ਹੁਣ ਕਾਗਜ਼ਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਹੈ ਤਹਿਸੀਲ ਕਿਹੜੀ ਪੈਂਦੀ ਹੈ ਤੁਹਾਨੂੰ ਨਵਾਂ ਸ਼ਹਿਰ ਤਹਿਸੀਲ ਦਾ ਨਾਂ ਨਵਾਂ ਸ਼ਹਿਰ ਹਨਾ ਤੇ ਡਾਕਖਾਨਾ ਡਾਕਖਾਨਾ ਔੜ ਔੜ ਡਾਕਖਾਨਾ ਪੈਂਦਾ ਜੀ ਇਹਨੂੰ ਜਾਮਪਾਲ ਮੇਰਾ ਰਹਿਣ ਸਹਿਣ ਮੇਰਾ ਰਹਿਣ ਬਸੇਰਾ ਬਹਾਰਾ ਪਿੰਡ ਤੋਂ ਆ ਮੈਂ ਕ੍ਰਿਸਟਲ ਇਹ ਤਾਂ ਹਰਵਾਰਾ ਕਹਿੰਦੀ ਹੁੰਦੀ ਹੈ ਹਾਂਜੀ ਮੈਂ ਜਦੋਂ ਕ੍ਰਿਸਟਲ ਨੂੰ ਫੋਨ ਕਰਦੀ ਹੁੰਦੀ ਹਾਂ ਮੈਂ ਕਹਿੰਦੀ ਹੁੰਦੀ ਹਾਂ ਹਾਂ ਭਾਈ ਬਹਾਰੇ ਦੇ ਗਹਾਰੇ ਕੀ ਕਰ ਨਰਸਰੀ ਤੋਂ ਲੈ ਕੇ ਫਿਫਥ ਤੱਕ ਪ੍ਰਾਈਵੇਟ ਸਕੂਲ ਔੜ ਤੋਂ ਹੀ ਖਾਲਸਾ ਪਬਲਿਕ ਸਕੂਲ ਤੋਂ ਕੀਤੀ ਹੈ ਖਾਲਸਾ ਪਬਲਿਕ ਸਕੂਲ ਔੜ ਤੋਂ ਨਰਸਰੀ ਤੋਂ ਲੈ ਕੇ ਫਿਫਥ ਤੱਕ ਪੰਜਵੀਂ ਤੱਕ ਅੱਛਾ ਹਾਂਜੀ ਅਤੇ ਉਸ ਤੋਂ ਬਾਅਦ ਮਤਲਬ ਬਾਰਵੀਂ ਮੇਰੀ ਪਲੱਸ ਟੂ ਹੈ ਜਿਹੜੀ ਉਹ ਮੇਰੀ ਸਾਲੋਂ ਪਿੰਡ ਸਕੂਲ ਸੈਕੰਡਰੀ ਸਕੂਲ ਜਿੱਥੇ ਆਪਾਂ ਹੁਣੇ ਜਾ ਕੇ ਆਏ ਹਾਂ ਨਾਲੇ ਉੱਥੇ ਮੌਕੇ ਤੇ ਇਹਦੇ ਮੇਰੇ ਟੀਚਰ ਇੰਗਲਿਸ਼ ਵਾਲੇ ਟੀਚਰ ਵੀ ਮਿਲ ਗਏ ਇਹਦੇ ਨਾਲ ਫੋਟੋਆਂ ਵੀ ਕਰਾਈਆਂ ਨੇ ਉਹਨਾਂ ਨੇ ਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ 6ਵੀਂ ਤੋਂ ਲੈ ਕੇ 12ਵੀਂ ਤੱਕ ਮੈਂ ਸਾਲੋਂ ਸਕੂਲ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਲੋਂ ਤੋਂ ਹਾਂਜੀ ਪਲੱਸ ਸਟੱਡੀ ਕੀਤੀ ਆਪਣੀ ਸਾਰੀ ਤੇ ਉਸ ਤੋਂ ਬਾਅਦ ਬਾਕੀ ਮੇਰਾ ਕਾਲਜ ਦਾ ਸਫ਼ਰ ਹੈ ਉਹ ਲੁਧਿਆਣਾ ਐਸਟੀਡੀ ਗੌਰਮੈਂਟ ਕਾਲਜ ਤੋਂ ਰਿਹਾ ਉੱਥੋਂ ਮੈਂ ਗ੍ਰੈਜੂਏਸ਼ਨ ਕੀਤੀ ਮੈਨੂੰ ਇਹੋ ਜਿਹੀ ਕੋਈ ਵੈਸੇ ਪ੍ਰੋਬਲਮ ਨਹੀਂ ਆਈ ਸ਼ੌਂਕ ਤਾਂ ਚਲੋ ਬਚਪਨ ਤੋਂ ਹੀ ਹੈ ਨਾ ਘਰ ਦੇ ਮੇਰੇ ਕਹਿੰਦੇ ਹੁੰਦੇ ਸੀਗੇ ਵੀ ਸਾਡਾ ਮੁੰਡਾ ਇੱਦਾਂ ਹੈ ਇੱਦਾਂ ਕਰਦਾ ਚੁੰਨੀ ਲੈ ਕੇ ਨੱਚਣਾ ਸ਼ੁਰੂ ਤੋਂ ਘਰ 'ਚ ਕਦੀ ਵਿਆਹ ਸ਼ਾਦੀਆਂ 'ਚ ਗਿੱਧਾ ਪੈਣਾ ਤਾਂ ਮੈਂ ਨਾਲ ਜਾਣਾ ਹੈ ਨਾ ਅੱਛਾ ਘਰੇ ਜ਼ਿਆਦਾ ਤੈਨੂੰ ਕਿਹਨੇ ਹਾਈਲਾਈਟ ਕੀਤਾ ਜਿਵੇਂ ਤੂੰ ਕਈ ਵਾਰ ਦੱਸਦਾ ਹੁੰਦਾ ਵੀ ਤੈਨੂੰ ਪੁਰਾਣੇ ਨਾਲ ਕਹਿੰਦੇ ਹੁੰਦੇ ਸੀ ਮੈਨੂੰ ਮੇਰੀ ਦਾਦੀ ਜੀ ਨੇ ਮੇਰੇ ਦਾਦਾ ਜੀ ਅੱਛਾ ਇਹਨਾਂ ਨੇ ਜ਼ਿਆਦਾ ਮਤਲਬ ਮੇਰਾ ਸਾਥ ਬਹੁਤ ਦਿੱਤਾ ਹੁਣ ਤੱਕ ਵੀ ਦਿੰਦੇ ਆ ਰਹੇ ਨੇ ਬਾਕੀ ਸਾਰੇ ਜਣੇ ਤੇ ਮਤਲਬ ਸ਼ੁਰੂ ਤੋਂ ਮੰਮੀ ਨੇ ਤਿਆਰ ਹੋਣਾ ਚੂੜੀਆਂ ਪਾ ਲੈਣੀਆਂ ਨੱਚਣਾ ਟੱਪਣਾ ਬਸ ਮੰਮੀ ਦੀ ਚੁੰਨੀ ਲੈ ਲੈਣੀ ਚੁੰਨੀ ਲੈ ਕੇ ਨੱਚਣਾ ਟੱਪਣਾ ਇਹੋ ਜਿਹੀਆਂ ਗੱਲਾਂ ਬਾਤਾਂ ਜਿਵੇਂ ਹੁਣ ਐਡੀ ਸੋਹਣੀ ਚੁੰਨੀ ਲੱਤੀ ਹੋਈ ਹੈ ਹਾਂਜੀ ਏਦਾਂ ਵੀ ਹੋਇਆ ਤੁਹਾਡੇ ਨਾਲ ਵੀ ਏਦਾਂ ਦੇ ਪਹਿਰਾਵਾ ਪਾਉਣ ਕਰਕੇ ਤੁਹਾਡੇ ਤੇ ਕੁੱਟ ਵੀ ਪਈ ਹੋਵੇ ਕਦੇ ਕੁੱਟ ਤਾਂ ਮੈਨੂੰ ਯਾਦ ਨਹੀਂ ਸ਼ਾਇਦ ਪਈ ਵੀ ਹੈ ਪਈ ਵੀ ਹੈ ਕੁੱਟ ਵੀ ਇਹੋ ਜਿਹੇ ਕੰਮ ਕਰਦਾ ਰਹਿੰਦਾ ਬਟ ਮੈਂ ਆਪਣੇ ਘਰ ਚੋਂ ਵੱਡਾ ਹੋਣ ਕਰਕੇ ਜੇਠਾ ਹੋਣ ਕਰਕੇ ਹੈ ਨਾ ਤੇ ਮੈਨੂੰ ਪਿਆਰ ਵੀ ਸਾਰੇ ਬਹੁਤ ਕਰਦੇ ਸੀ ਕਿਉਂਕਿ ਸ਼ੁਰੂ ਤੋਂ ਮੈਂ ਮੰਮੀ ਹੁਣੀ ਕਹਿੰਦੇ ਸੀ ਥੋੜ੍ਹਾ ਮੋਟਾ ਹੈ ਨਾ ਗੱਲਾਂ ਮੇਰੇ ਦਾਦਾ ਜੀ ਨੇ ਮੇਰਾ ਨਾਂ ਵੀ ਲੱਡੂ ਰੱਖਿਆ ਹੋਇਆ ਤੇ ਸ਼ੁਰੂ ਤੋਂ ਲੈ ਕੇ ਮੈਨੂੰ ਮਤਲਬ ਹਰ ਇਹੋ ਜਿਹੀ ਐਕਟੀਵਿਟੀ ਕੋਈ ਵੀ ਕਿਸੇ ਕੰਪੀਟੀਸ਼ਨ 'ਚ ਹਿੱਸਾ ਲੈਣਾ ਭੰਗੜੇ 'ਚ ਮੈਂ ਸ਼ੁਰੂ ਤੋਂ ਭੰਗੜਾ ਬਹੁਤ ਕੀਤਾ ਪਲੱਸ ਟੂ ਤੱਕ ਮੈਂ ਆਪਣੇ ਸਕੂਲ ਦੇ ਕੰਪੀਟੀਸ਼ਨਾਂ ਦੇ ਵਿੱਚ ਭੰਗੜਾ ਕਰਦਾ ਰਿਹਾ ਅਤੇ ਕੁੜੀਆਂ ਦਾ ਗਿੱਧਾ ਵੀ ਦੇਖਣਾ ਲੈ ਦੇਖ ਲਓ ਕਰਦਾ ਰਿਹਾ ਭੰਗੜਾ ਅਤੇ ਕਰ ਰਿਹਾ ਗਿੱਧਾ ਹੈ ਨਾ ਮਤਲਬ ਕੀ ਹੈ ਕਿ ਜਿਹੜਾ ਮੇਰੀ ਓਬਜ਼ਰਵੇਸ਼ਨ ਹੈ ਜਾਂ ਮੇਰਾ ਤਜਰਬਾ ਕਿ ਨਾਚ ਦਾ ਬੇਸ ਇੱਕੋ ਹੀ ਹੁੰਦਾ ਹੈ ਉਹ ਤੁਹਾਡੇ ਮਨ ਦੇ ਵਿੱਚ ਕਿਹੜੀ ਚੀਜ਼ ਪੁੜ ਜਾਂਦੀ ਹੈ ਤੁਹਾਡੀ ਮਿੱਟੀ 'ਚ ਕਿਹੜਾ ਗੁੱਝਿਆ ਜਾਂਦਾ ਨਹੀਂ ਬਹੁਤ ਕੰਪੀਟੀਸ਼ਨਾਂ ਦੇ ਵਿੱਚ ਫਸਟ ਵੀ ਆਉਂਦੇ ਰਹੇ ਆ ਬਹੁਤ ਸਾਰੇ ਪ੍ਰਾਈਜ਼ ਵੀ ਲਏ ਆ ਤੇ ਮਤਲਬ ਇਹੋ ਜਿਹੀ ਘਟਨਾ ਨਹੀਂ ਹੋਈ ਮੇਰੇ ਨਾਲ ਵੀ ਬਹੁਤ ਕਿਸੇ ਨੇ ਮੈਨੂੰ ਤੰਗ ਕੀਤਾ ਹੋਵੇ ਇਹੋ ਜਿਹੀ ਘਟਨਾ ਅੱਜ ਤੱਕ ਉਹ ਤੇਰੇ ਨਾਲ ਕੀ ਹੁਣ ਦੀ ਝੋਟੇ ਲੱਗਦਾ ਤੂੰ ਹੈਗਾ ਜੇ ਅਗਰ ਗੋਡਾ ਰੱਖ ਦਿੰਦਾ ਕਿਉਂਕਿ ਮੈਂ 6ਵੀਂ ਤੋਂ ਲੈ ਕੇ ਪਲੱਸ ਟੂ ਤੱਕ ਨਿਆਣੇ ਬਹੁਤ ਕੁੱਟੇ ਨੇ ਅਗਲੇ ਤਾਂ ਹੀ ਡਰਦੇ ਕਿਉਂਕਿ ਸਕੂਲ 'ਚ ਮੋਨੀਟਰ ਹੋਣ ਕਰਕੇ ਅੱਛਾ ਇੰਟੈਲੀਜੈਂਟ ਇਹਦਾ ਮਤਲਬ ਤੇਰਾ ਇੱਕ ਹੋਰ ਨਾਂ ਪਾ ਦਈਏ ਕੁੱਟਣ ਭੈਣ ਜੀ ਹੈ ਤੇ ਉਸ ਤੋਂ ਬਾਅਦ ਫਿਰ 6ਵੀਂ ਤੋਂ 12ਵੀਂ ਤੱਕ ਤੁਸੀਂ ਇਹ ਕੀਤਾ ਉਸ ਤੋਂ ਬਾਅਦ ਜਦੋਂ ਗ੍ਰੈਜੂਏਸ਼ਨ ਕਰਨ ਗਏ ਹਾਂਜੀ ਉਦੋਂ ਮਤਲਬ ਕਿ ਲੁਧਿਆਣੇ ਤੁਸੀਂ ਜਾਂਦੇ ਸੀਗੇ ਰੈਗੂਲਰ ਤੁਸੀਂ ਜਾਂਦੇ ਸੀਗੇ ਉੱਥੇ ਜਾ ਕੇ ਕਿਸੇ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲਿਆ ਜਾਂ ਫਿਰ ਉੱਥੇ ਜਾ ਕੇ ਤੁਹਾਨੂੰ ਅੰਦਰੋਂ ਮਹਿਸੂਸ ਹੋਇਆ ਵੀ ਮੈਂ ਯਾਰ ਕੁੜੀਆਂ ਵਰਗਾ ਮੈਂ ਸ਼ਾਈ ਹੋਵਾਂ ਮੈਂ ਲੁੱਕੇ ਰਹਾਂ ਜਾਂ ਮੈਂ ਡਰ ਕੇ ਰਹਾਂ ਜਾਂ ਕਿਸੇ ਨੇ ਟੀਜ਼ ਕੀਤਾ ਹੋਵੇ ਨਹੀਂ ਉੱਥੇ ਵੀ ਕੋਈ ਇਹੋ ਜਿਹਾ ਨਹੀਂ ਸੀ ਮੈਂ ਮੇਰੇ ਚਾਚਾ ਜੀ ਦਾ ਮੁੰਡਾ ਅਤੇ ਮੇਰੇ ਮਾਮਾ ਜੀ ਦਾ ਮੁੰਡਾ ਅਤੇ ਮੈਂ ਅਸੀਂ ਇਕੱਠੇ ਸਟੱਡੀ ਕਰਦੇ ਹੁੰਦੇ ਸੀਗੇ ਅਤੇ ਮਤਲਬ ਮੇਰੇ ਮਾਮਾ ਜੀ ਦਾ ਮੁੰਡਾ ਸੀ ਉਹ ਲੁੱਡੀ ਕਰਦਾ ਹੁੰਦਾ ਸੀਗਾ ਅਤੇ ਮੇਰੇ ਚਾਚਾ ਜੀ ਦਾ ਮੁੰਡਾ ਭੰਗੜਾ ਕਰਦਾ ਹੁੰਦਾ ਸੀ ਚਲੋ ਅਸੀਂ ਇਕੱਠਿਆਂ ਨੇ ਭੰਗੜਾ ਵੀ ਕੀਤਾ ਅਤੇ ਉਸ ਤੋਂ ਬਾਅਦ ਮੈਨੂੰ ਵਾਰ ਵਾਰ ਗਿੱਧਾ ਹੀ ਦੇਖੀ ਜਾਣਾ ਫਸਟ ਈਅਰ ਦੇ ਵਿੱਚ ਮੈਂ ਭੰਗੜਾ ਕੀਤਾ ਉਸ ਤੋਂ ਬਾਅਦ ਫਿਰ ਮੈਂ ਛੱਡ ਦਿੱਤਾ ਕਿਉਂਕਿ ਮੇਰਾ ਫਿਰ ਬਿਲਕੁਲ ਜੀ ਨਹੀਂ ਕੀਤਾ ਫਿਰ ਬਸ ਗਿੱਧੇ ਵੱਲ ਉਸ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਸਟੱਡੀ ਕੰਪਲੀਟ ਹੋਈ ਫਿਰ ਆਪਣੇ ਘਰ ਖੁਸ਼ੀ ਦੀ ਘਟਨਾ ਦੇਖੋ ਜਦੋਂ ਮੈਂ ਗਿੱਧਾ ਸਟਾਰਟ ਕੀਤਾ
ਸਭ ਤੋਂ ਵੱਡੀ ਖੁਸ਼ੀ ਦੀ ਗੱਲ ਮੈਨੂੰ ਇਹੀ ਲੱਗੀ ਮੇਰੀ ਜ਼ਿੰਦਗੀ ਦੀ ਕਿਉਂਕਿ ਮੇਰੀ ਜਿੱਦਾਂ ਦੀ ਰੂਹ ਸੀ ਉਹ ਮੈਂ ਆਪਣੀ ਰੂਹ ਨੂੰ ਆਪਣੀ ਆਤਮਾ ਨੂੰ ਉਹੋ ਜਿਹਾ ਬਣਾ ਲਿਆ ਆਪਣੇ ਬਾਹਰਲੇ ਸਰੀਰ ਨੂੰ ਵੀ ਉਹੋ ਜਿਹਾ ਬਣਾ ਲਿਆ ਮਤਲਬ ਨੱਚਣਾ ਟੱਪਣਾ ਸਭ ਤੋਂ ਮੇਰੀ ਵੱਡੀ ਜ਼ਿੰਦਗੀ ਦੀ ਖੁਸ਼ੀ ਇਹੀ ਹੈ ਅਤੇ ਮੇਰੀ ਫੈਮਿਲੀ ਨੇ ਮੇਰੀ ਬਹੁਤ ਸਪੋਰਟ ਕੀਤੀ ਹੈ ਸਟੱਡੀ ਦੇ ਵਿੱਚ ਨੱਚਣ ਟੱਪਣ 'ਚ ਕਿਸੇ ਵੀ ਕੰਪੀਟੀਸ਼ਨ 'ਚ ਹਿੱਸਾ ਲੈਣਾ ਉਹਦੇ ਵਿੱਚ ਕੱਪੜਾ ਕੁਪੜਾ ਲੈਣ ਦੇ ਮਤਲਬ ਖਾਣ ਪੀਣ 'ਚ ਲਾਣ ਪਾਣ 'ਚ ਮਤਲਬ ਸਾਰੀ ਸਪੋਰਟ ਰਹੀ ਹੈ ਅਤੇ ਕੁਛ ਕੁ ਮੇਰੇ ਪਾਪਾ ਹੁੰਦੇ ਆ ਅਤੇ ਹੁਣ ਵੀ ਪਿਛਲੇ ਕੁ ਥੋੜ੍ਹੇ ਕੁ ਪਿੱਛੇ ਜਿਹੜੇ ਸਾਲ ਬੀਤੇ ਨੇ ਉਹਨਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਮੰਮੀ ਨੂੰ ਕਿ ਇੱਦਾਂ ਕਰਦਾ ਉੱਦਾਂ ਕਰਦਾ ਹੈ ਨਾ ਵੀ ਥੋੜ੍ਹਾ ਜਿਹਾ ਸਮਝਾ ਫਿਰ ਮੰਮੀ ਮੇਰੇ ਦਾਦੀ ਜੀ ਬਹੁਤ ਸਪੋਰਟ ਕਰਦੇ ਮੈਨੂੰ ਕਿ ਨਹੀਂ ਜੋ ਸਾਡਾ ਮੁੰਡਾ ਕਰਦਾ ਠੀਕ ਕਰਦਾ ਲੋਕ ਤਾਂ ਬਹੁਤ ਕੁਛ ਕਹਿੰਦੇ ਨੇ ਮੇਰੀ ਜ਼ਿੰਦਗੀ ਤਾਂ ਮੇਰੇ ਨਾਲ ਹੋਇਆ ਵੀ ਹੈ ਮੇਰੇ ਫਰੈਂਡ ਸਰਕਲ ਨੇ ਕੀਤਾ ਵੀ ਮੇਰੇ ਨਾਲ ਬਹੁਤ ਕੁਛ ਹੈ ਮੇਰੀ ਫੈਮਿਲੀ ਨੂੰ ਭੜਕਾਇਆ ਉਹਨਾਂ ਨੇ ਮੇਰੇ ਘਰ ਕਲੇਸ਼ ਪੁਆਏ ਬਹੁਤ ਕੁਛ ਹੋਇਆ ਮਤਲਬ ਚਲੋ ਫਿਰ ਵੀ ਮੇਰੀ ਫੈਮਿਲੀ ਨੇ ਮੇਰਾ ਸਾਥ ਨਹੀਂ ਛੱਡਿਆ ਸੁਹਾਂਜਣਾ ਹੋ ਗਿਆ ਬਿਲਕੁਲ ਦੇਖੋ ਲੋਕਾਂ ਨੇ ਜਿਹਨਾਂ ਨੇ ਕਲੇਸ਼ ਪੁਆਇਆ ਉਹਨਾਂ ਨੇ ਤਾਂ ਉਲਟ ਕਰਨਾ ਚਾਹਿਆ ਮੈਨੂੰ ਖਤਮ ਕਰਨਾ ਚਾਹਿਆ ਵੀ ਖਤਮ ਹੋ ਜਾਵੇ ਬਟ ਮੈਂ ਕਹਿੰਦਾ ਵਾਹਿਗੁਰੂ ਮੇਰੀ ਫੈਮਿਲੀ ਵਰਗੀ ਸਭ ਨੂੰ ਫੈਮਿਲੀ ਦੇਵੇ ਤੇ ਬਹੁਤ ਕੁਛ ਹੋਇਆ ਪਰ ਮੈਂ ਮੇਰੀ ਫੈਮਿਲੀ ਨੇ ਮੇਰਾ ਸਾਥ ਨਹੀਂ ਛੱਡਿਆ ਲੈ ਦੇਖ ਲੈ ਬੇਬੇ ਇਹ ਤਾਂ ਉਹ ਗੱਲ ਹੋ ਗਈ ਤੇਰੀ ਕਿਹੜੀ ਹੋ ਗਈ ਨਹੀਂ ਇਹ ਤਾਂ ਉਹ ਗੱਲ ਹੋ ਗਈ ਕੁੱਬੇ ਦੇ ਮਾਰੀ ਲੱਤ ਕੁੱਬਾ ਸਿੱਧਾ ਹੋ ਗਿਆ ਭਾਈ ਤੂੰ ਉਹਨਾਂ ਦਾ ਇੱਕ ਵਾਰ ਧੰਨਵਾਦ ਕਰੇਂ ਜਿਹੜੇ ਤੇਰੇ ਤੇ ਦੇਖੋ ਜੀ ਇਹ ਕ੍ਰਿਸਟਲ ਗਿੱਧੇ ਦਾ ਮੇਰੇ ਲੋਕ ਰੰਗ ਨੂਰ ਆਰਟ ਦੇ ਮੇਨ ਆਰਟਿਸਟਾਂ ਦੇ ਵਿੱਚੋਂ ਇੱਕ ਆਰਟਿਸਟ ਹੈ ਪਰ ਆਪਾਂ ਇਹਨਾਂ ਦੀ ਇੱਕ ਹੋਰ ਜਿਹੜੀ ਐਕਟੀਵਿਟੀ ਹੈ ਉਹਦੇ ਬਾਰੇ ਗੱਲ ਕਰਾਂਗੇ ਥੋੜ੍ਹਾ ਰੁਕ ਕੇ ਗੱਲ ਕਰਾਂਗੇ ਅਤੇ ਫਿਰ ਉਹਦੇ ਬਾਰੇ ਵੀ ਇਹ ਤੁਹਾਨੂੰ ਦੱਸਣਗੇ ਬਾਕੀ ਦੀਆਂ ਗੱਲਾਂ ਆਪਾਂ ਥੋੜ੍ਹਾ ਰੁਕ ਕੇ ਗੱਲ ਕਰਦੇ ਹਾਂ ਕਿਸੇ ਟਾਈਮ ਸਤਿਯੁਗ ਦੀਆਂ ਗੱਲਾਂ ਨੇ ਕਿ ਇਸ ਬੋਰਡ ਨੂੰ ਪਤਾਸੇ ਲੱਗਦੇ ਹੁੰਦੇ ਸੀ ਅਤੇ ਬੋਰਡ ਦੀਆਂ ਦੇਖੋ ਜਟਾਵਾਂ ਕਿੰਨੀਆਂ ਸੋਹਣੀਆਂ ਨੇ ਬਹੁਤ ਬੜੀਆਂ ਬੜੀਆਂ ਛੋਟੇ ਹੁੰਦੇ ਹੈ ਨਾ ਜਦੋਂ ਆਪਾਂ ਛੋਟੇ ਹੁੰਦੇ ਸੀ ਇਹੋ ਜਿਹੇ ਬੋਰਡ ਬਰੋਟੇ ਹੁੰਦੇ ਸੀ ਉਹਨਾਂ ਨਾਲ ਜਾ ਕੇ ਅਸੀਂ ਹੈ ਨਾ ਤਾਂ ਹੁਣ ਵੀ ਛੇ ਸੱਤ ਸਾਲ ਪਹਿਲਾਂ ਟੁੱਟਦੇ ਹੁੰਦੇ ਟੁੱਟਦੀ ਯਾਰ ਪਰ ਜਿਸ ਤਰ੍ਹਾਂ ਇਹ ਦੁਆਬੇ ਨੂੰ ਬਿਲੋਂਗ ਕਰਦਾ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਇਹਦਾ ਜ਼ਿਲ੍ਹਾ ਤੇ ਦੁਆਬੇ ਦੇ ਵਿੱਚ ਇੱਕ ਲੋਕ ਰੰਗ ਦੀ ਇੱਕ ਸਿਨਫ ਹੈ ਨਕਲਾਂ ਜੋ ਕਿ ਮਈ ਜੂਨ ਤੋਂ ਲੈ ਕੇ ਅਗਸਤ ਸਤੰਬਰ ਤੱਕ ਦੁਆਬੇ ਦੇ ਸਾਰੇ ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਬਹੁਤ ਵਾਰੀ ਅਤੇ ਇਹ ਜੇ ਆਪਾਂ ਕਹਿ ਸਕਦੇ ਹਾਂ ਕਿ ਮੇਰੇ ਨਾਲ ਲੋਕ ਰੰਗ ਨੂਰ ਆਰਟ ਦੇ ਵਿੱਚ ਜਦੋਂ ਕੰਮ ਕਰਦਾ ਤਾਂ ਇਹ ਗਿੱਧੇ ਦਾ ਪਰਫੋਰਮਰ ਹੈ ਅਤੇ ਇੱਧਰ ਜਦੋਂ ਇਹਨਾਂ ਦਾ ਮਈ ਜੂਨ ਜੁਲਾਈ ਅਗਸਤ ਦਾ ਸੀਜ਼ਨ ਹੁੰਦਾ ਤਾਂ ਇਹ ਨਕਲਾਂ ਦਾ ਪਰਫੋਰਮਰ ਹੈ ਨਕਲਾਂ ਦਾ ਇੱਕ ਲੋਕ ਰੰਗ ਦੀ ਸਿਨਫ ਹੈ ਅਤੇ ਆਪਾਂ ਇਹਨੂੰ ਪੁੱਛਦੇ ਹਾਂ ਕਿ ਤੂੰ ਕਦੋਂ ਤੋਂ ਨਕਲਾਂ ਸ਼ੁਰੂ ਕੀਤੀਆਂ ਕਿਵੇਂ ਸ਼ੁਰੂ ਕੀਤੀਆਂ ਕਿਵੇਂ ਤੈਨੂੰ ਸ਼ੌਕ ਪੈਦਾ ਹੋਇਆ ਸ਼ੌਕ ਨਕਲਾਂ ਬਸ ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਸਟਾਰਟ ਹੀ ਗਿੱਧਾ ਕੀਤਾ ਤੁਹਾਡੇ ਨਾਲ ਬਟ ਜਦੋਂ ਆਪਾਂ ਗਏ ਸੀ ਤੁਸੀਂ ਤੁਹਾਡੇ ਘਰ ਗਏ ਸੀ ਤੇ ਮੈਨੂੰ ਹਾਰ ਸ਼ਿੰਗਾਰ ਵੀ ਦਿੱਤਾ ਸੀਗਾ ਹਨਾ ਸਾਰਾ ਕੁਛ ਮੈਨੂੰ ਯਾਦ ਹੈ ਤੇ ਪਹਿਲੀ ਵਾਰੀ ਜਾ ਕੇ ਉੱਥੇ ਮੈਂ ਬੋਲੀਆਂ ਪਾਈਆਂ ਦੋ ਕੁ ਤੁਸੀਂ ਮੈਨੂੰ ਕਮੈਂਟ ਵੀ ਕੀਤਾ ਸੀ ਕਿਵੇਂ ਕੱਦੂ ਵਾਂਗੂ ਰੁੜਿਆ ਫਿਰਦਾ ਹਨਾ ਦੇਖੋ ਤੇ ਜਦੋਂ ਇਹ ਪਹਿਲੀ ਵਾਰੀ ਗਿਆ ਹਾਲਾਂਕਿ ਇਹਦਾ ਸਾਰਾ ਹਾਰ ਸ਼ਿੰਗਾਰ ਵੀ ਮੰਗਵਾਂ ਸੀ ਡਰੈਸ ਵੀ ਮੰਗਵੀਂ ਸੀ ਘੱਗਰਾ ਹਰਾ ਜਿਹਾ ਇਹਨੂੰ ਪਵਾਇਆ ਅਤੇ ਅਸੀਂ ਮੇਰੇ ਨੇੜੇ ਦੇ ਪਿੰਡ ਪਰਫੋਰਮ ਕਰਨ ਗਏ ਔਰ ਜਦੋਂ ਅਸੀਂ ਉਹਨਾਂ ਨੇ ਖੇਤਾਂ ਦੇ ਵਿੱਚ ਕੋਈ ਘਰ ਸੀ ਉੱਥੇ ਜਾਗੋ ਲੈ ਕੇ ਗਏ ਜਦੋਂ ਅਸੀਂ ਰਸਤੇ 'ਚ ਤੁਰੇ ਆਉਂਦੇ ਸੀ ਤਾਂ ਇਹਨੇ ਦੋ ਤਿੰਨ ਬੋਲੀਆਂ ਪਾਈਆਂ ਚੱਕਵੀਂ ਆਵਾਜ਼ 'ਚ ਮੇਰੇ ਮਨ ਨੂੰ ਲੱਗ ਗਿਆ ਮੈਂ ਕਿਹਾ ਮੈਂ ਇਹਨੂੰ ਸ਼ਾਬਾਸ਼ ਦਿੱਤੀ ਮੈਂ ਕਿਹਾ ਵੀ ਬਹੁਤ ਵਧੀਆ ਇਹ ਬਹੁਤ ਛੇਤੀ ਇਹਨੇ ਮੇਰਾ ਡਰੈਸ ਕੋਡ ਫੋਲੋ ਕੀਤਾ ਬਹੁਤ ਛੇਤੀ ਇਹਨੇ ਮੇਰੀ ਪਰਫੋਰਮੈਂਸ ਨੂੰ ਮੇਰੀ ਐਕਟਿੰਗ ਨੂੰ ਫੋਲੋ ਕੀਤਾ ਅਤੇ ਅੱਜ ਤੁਸੀਂ ਦੇਖਦੇ ਹੋ ਕਿ ਲਗਭਗ ਹਰ ਅਖਾੜੇ ਦੇ ਵਿੱਚ ਬੇਬੇ ਦੇ ਨਾਲ ਇਹਦੇ ਨਾਲ ਇੱਕ ਮੁੰਡਾ ਲਾਡੀ ਆ ਉਹਦੇ ਨਾਲ ਜਾਂ ਹੋਰ ਜਿਹੜੇ ਮੁੰਡੇ ਨੇ ਅਸੀਂ ਮੂਰਲੀ ਕੀਲੀ ਹੁੰਦੇ ਹਾਂ ਜਿਹਨੂੰ ਕਹਿ ਸਕਦੇ ਹਾਂ ਮੂਰਲੀ ਮੇਰੇ ਪ੍ਰਤੀ ਮੇਰੇ ਘਰਦਿਆਂ ਦਾ ਨਜ਼ਰੀਆ ਇਸ ਟਾਈਮ ਤਾਂ ਦਾ ਬੈਸਟ ਜਾ ਰਿਹਾ ਬਹੁਤ ਅੱਛਾ ਕਦੇ ਕੋਈ ਇਹੋ ਜਿਹਾ ਕਮੈਂਟਬਾਜ਼ੀ ਨਹੀਂ ਕਰਦੇ ਕਰਦੇ ਜਾਂ ਕਿਸੇ ਗੱਲ ਤੋਂ ਮੈਨੂੰ ਰੋਕਦੇ ਟੋਕਦੇ ਨਹੀਂ ਹੈਗੇ ਵੀ ਤੂੰ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਬਟ ਉਹਨਾਂ ਨੂੰ ਮੇਰੇ 'ਤੇ ਥੋੜ੍ਹਾ ਮਾਣ ਜਿਹਾ ਹੋ ਗਿਆ ਇੱਕ ਤਾਂ ਸਾਡੀ ਡਰੈਸਅਪ
ਸਾਡੀ ਡਰੈਸ ਦੇਖ ਕੇ ਮੇਰੇ ਘਰ ਦੇ ਮੇਰੇ ਬਹੁਤ ਖੁਸ਼ ਹੁੰਦੇ ਨੇ ਕਿ ਕਿਹੋ ਜਿਹੇ ਵਧੀਆ ਡਰੈਸ ਪਾਉਂਦੇ ਨੇ ਅਤੇ ਜੇ ਮੈਂ ਆਪਣੇ ਲਈ ਕੋਈ ਸ਼ੋਪ ਤੋਂ ਸੂਟ ਖਰੀਦਣ ਜਾਣਾ ਅਤੇ ਮੇਰੀ ਦਾਦੀ ਨੇ ਮੇਰੀ ਮੰਮੀ ਨੇ ਸਪੈਸ਼ਲ ਮੈਨੂੰ ਕਹਿਣਾ ਕਿ ਇਹੋ ਜਿਹੇ ਮੈਨੂੰ ਵੀ ਲਿਆ ਦੇ ਹਾਂਜੀ ਅਤੇ ਘਰ ਦੇ ਪੂਰੀ ਸਪੋਰਟ ਕਰਦੇ ਨੇ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈਗੀ ਕਦੀ ਪਰਵਾਹ ਨਹੀਂ ਕੀਤੀ ਕਹਿ ਦੇ ਦਾ ਵੀ ਆਈ ਡੋਂਟ ਕੇਅਰ ਤੇ ਭੌਂਕਦੇ ਨੇ ਹਾਥੀ ਚਲਿਆ ਜਾਂਦਾ ਚਲਿਆ ਜਾਂਦਾ ਆਪਾਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਤੁਸੀਂ ਦੋਵੇਂ ਹਾਥੀ ਵਰਗੀਆਂ ਹੀ ਹੈ ਨਾ ਨਾਲ ਬੱਕਰੀ ਵੀ ਆਈ ਬਹੁਤ ਵਧੀਆ ਲੱਗਿਆ ਜੀ ਕ੍ਰਿਸਟਲ ਦਾ ਤੇ ਹੁਣ ਤੁਸੀਂ ਉਹੀ ਰੂਪ ਕ੍ਰਿਸਟਲ ਦਾ ਮੇਰਾ ਤੇ ਬੇਬੇ ਦਾ ਦੇਖਿਆ ਜਿਹੜਾ ਸਾਡਾ ਗਿੱਧੇ 'ਚ ਦੇਖਦੇ ਹੋ ਤੇ ਹੁਣ ਅਸੀਂ ਕ੍ਰਿਸਟਲ ਨੂੰ ਆਫਟਰ ਸ਼ਾਰਟ ਬ੍ਰੇਕ ਟੀ ਟਾਈਮ ਜਾਂ ਲੰਚ ਟਾਈਮ 'ਤੇ ਜਾਂ ਲੰਚ ਦੇ ਟੇਬਲ 'ਤੇ ਅਸੀਂ ਇਹਨਾਂ ਨੂੰ ਤੁਹਾਡੇ ਇਹਨਾਂ ਦੇ ਅਸਲੀ ਰੂਪ ਲੱਡੂ ਦੇ ਰੂਪ 'ਚ ਫੁੱਟਬਾਲ ਦੇ ਹੁਣ ਅਸੀਂ ਜਾਨੀਆਂ ਜੀ ਫਿਰ ਅਸੀਂ ਆ ਰਹੇ ਹਾਂ ਹੁਣ ਅਸੀਂ ਜਾਨੀਆਂ ਜੀ ਫਿਰ ਅਸੀਂ ਆ ਰਹੇ ਹਾਂ ਅਤੇ ਉਹ ਫਿਰ ਅਸੀਂ ਹੁਣ ਤੁਹਾਨੂੰ ਅਸਲੀ ਰੂਪ ਦਿਖਾਵਾਂਗੇ ਔਰ ਤੁਸੀਂ ਦੱਸਿਓ ਕਿ ਇਹ ਵਾਲਾ ਸਾਡਾ ਜਿਹੜਾ ਮਾਈ ਹੋਮ ਵਿਦ ਫੈਮਿਲੀ ਹਾਂ ਵਿਦ ਫੈਮਿਲੀ ਅਸੀਂ ਮਿਲਾਉਂਦੇ ਹਾਂ ਇਹਨਾਂ ਦੇ ਘਰ ਜਾਂਦੇ ਹਾਂ ਅਤੇ ਹੁਣ ਅਸੀਂ ਚੇਂਜ ਕਰਾਂਗੇ ਉਸ ਤੋਂ ਬਾਅਦ ਆਪਾਂ ਕ੍ਰਿਸਟਲ ਦੇ ਘਰ ਜਾਵਾਂਗੇ ਰਹਿੰਦਾ ਹਿੱਸਾ ਜਿਹੜਾ ਹੈਗਾ ਉਹ ਗੱਲਾਂ ਬਾਤਾਂ ਫੈਮਿਲੀ ਨਾਲ ਕਰਾਂਗੇ ਘਰ ਦਿਖਾਵਾਂਗੇ ਸਾਰੇ ਰਿਸ਼ਤੇਦਾਰਾਂ ਨੂੰ ਜਿਹੜੇ ਜਿਹੜੇ ਘਰ ਹੋਣਗੇ ਉਹਨਾਂ ਨੂੰ ਮਿਲਾਵਾਂਗੇ ਅਤੇ ਫਿਰ ਆਓ ਆਪਾਂ ਰੋਟੀ ਖਾਈਏ ਚੱਲ ਕੇ ਨੀ ਮੈਂ ਪੈਰਾਂ ਵਿੱਚ ਝਾਂਜਰ ਪਾ ਲੈਨੀ ਆਂ ਨੀ ਮੈਂ ਪੈਰਾਂ ਵਿੱਚ ਝਾਂਜਰ ਪਾ ਲੈਨੀ ਆਂ ਨੀ ਮੈਂ ਸਜੇ ਸਜੇ ਲੱਕ ਲਚਕਾ ਲੈਨੀ ਆਂ ਨੀ ਮੈਂ ਸਜੇ ਸਜੇ ਲੱਕ ਲਚਕਾ ਲੈਨੀ ਆਂ ਗੁਲਾਬੋ ਹੈ ਲੱਡੂ ਹੈ ਮੋਟੋ ਹੈ ਹਨਾ ਇਹ ਕ੍ਰਿਸਟਲ ਆਪਾਂ ਉਹਨਾਂ ਦੇ ਘਰ ਆਏ ਹਾਂ ਸਾਰੀ ਫੈਮਿਲੀ ਹੈ ਦੇਖੋ ਤਿਆਰ ਬਾਰ ਤਿਆਰ ਨੇ ਸਾਰਿਆਂ ਨੂੰ ਸਾਡਾ ਸਤਿ ਸ਼੍ਰੀ ਅਕਾਲ ਜੀ ਵੈਲਕਮ ਮਾਈ ਹੋਮ ਥੈਂਕ ਯੂ ਥੈਂਕ ਯੂ ਵੈਲਕਮ ਹੋਮ ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਜੀ ਤੁਹਾਡਾ ਬਹੁਤ ਆਓ ਜੀ ਇਹ ਮੇਰੇ ਭੂਆ ਜੀ ਨੇ ਅੱਛਾ ਦਾਦੀ ਭੂਆ ਮੇਰੀ ਦਾਦੀ ਭੂਆ ਦਾਦੀ ਭੂਆ ਇਹ ਮੇਰੀ ਦਾਦੀ ਸਤਿ ਸ਼੍ਰੀ ਅਕਾਲ ਹਾਂਜੀ ਇਹ ਮੇਰੇ ਮੰਮੀ ਕ੍ਰਿਸਟਲ ਬੈਠਾ ਮੇਰੇ ਕੋਲ ਪਹਿਲਾਂ ਹੁਣ ਤੱਕ ਕ੍ਰਿਸਟਲ ਬੈਠੀ ਸੀ ਤੇ ਬੇਬੇ ਵੀ ਨਾਲ ਆ ਮੈਂ ਵੀ ਨੂਰ ਤੁਹਾਡੇ ਨਾਲ ਆ ਤੇ ਆਪਾਂ ਕ੍ਰਿਸਟਲ ਦੇ ਪਰਿਵਾਰ ਦੇ ਵਿੱਚ ਬੈਠੇ ਆ ਆਪਾਂ ਨੂੰ ਹੁਣੇ ਸਵਾਗਤ ਕੀਤਾ ਇਹਨਾਂ ਨੇ ਸਾਡਾ ਬਾਹਰ ਮਿੱਠਾ ਮੂੰਹ ਕਰਾਇਆ ਤੇਲ ਚੋਕੇ ਤੇ ਇਹਨਾਂ ਦੀ ਪੂਰੀ ਫੈਮਿਲੀ ਹੈ ਫੈਮਿਲੀ ਬਹੁਤ ਵੱਡੀ ਹੈ ਹਲੇ ਇਹਦੇ ਡੈਡੀ ਚਾਚੂ ਹੋਣੀ ਸਾਰੇ ਕੰਮਾਂ 'ਤੇ ਗਏ ਹੋਏ ਨੇ ਅਤੇ ਇਸ ਵਕਤ ਜੋ ਘਰ ਦੇ ਮੈਂਬਰ ਸਾਡੇ ਨਾਲ ਬੈਠੇ ਨੇ ਇਹਨਾਂ ਦੇ ਦਾਦੀ ਭੂਆ ਜੀ ਹਾਂਜੀ ਅਤੇ ਇਹਨਾਂ ਦੇ ਦਾਦੀ ਜੀ ਅਤੇ ਇਹ ਕ੍ਰਿਸਟਲ ਦੇ ਮੰਮੀ ਜੀ ਬੈਠੇ ਨੇ ਅਤੇ ਇੱਧਰ ਚਾਚੀ ਜੀ ਨੇ ਬਾਕੀ ਆ ਬੱਚੇ ਭੈਣ ਭਰਾ ਮਾਸੜ ਮਾਸੀ ਜੀ ਮੰਮੀ ਨਾਲ ਦੂਜੀ ਵਾਰੀ ਮਿਲੀ ਚਾਚੀ ਜਿਹਨੂੰ ਸਾਨੂੰ ਹਰ ਵਾਰੀ ਮਿਲਦੀ ਹੈ ਚਾਚੀ ਨਾਲ ਬਹੁਤ ਪਿਆਰ ਹੈ ਮਤਲਬ ਜਦੋਂ ਵੀ ਆਪਣਾ ਹੋਸ਼ ਵੀ ਸੰਭਾਲਿਆ ਨੇ ਸਾਨੂੰ ਕੋਈ ਦਿੱਕਤ ਨੀ ਆ ਨਾਲੇ ਕੰਮ ਕਾਰ ਤੋਂ ਠੀਕ ਆ ਨਾ ਕੰਮ ਕਾਰ ਤੋਂ ਸਾਨੂੰ ਵੀ ਕੋਈ ਦਿੱਕਤ ਨੀ ਹੈਗੀ ਠੀਕ ਆ ਜ਼ਿੰਮੇਵਾਰੀ ਇਹਦੀ ਹੈਗੀ ਘਰ ਚ ਵੀ ਧਿਆਨ ਰੱਖਦਾ ਸਾਰੇ ਦਾ ਧਿਆਨ ਆਪਣੇ ਜਿਹੜਾ ਬੰਦਾ ਆਪਣੇ ਘਰ ਪ੍ਰਤੀ ਗੈਰ ਜ਼ਿੰਮੇਵਾਰ ਹੈ ਉਹ ਕਦੇ ਵੀ ਮੇਰੇ ਗਰੁੱਪ ਦਾ ਸਾਡੇ ਦਾ ਇਹਨੂੰ ਪਤਾ ਲੋਕ ਰੰਗ ਨੂਰ ਆਰਟ ਦਾ ਨਾ ਇਹ ਦੁਨੀਆ ਦੇ ਵਿੱਚ ਹਨਾ ਤੇ ਉਹ ਫਿਰ ਸਾਡੇ ਗਰੁੱਪ ਦੇ ਪ੍ਰਤੀ ਵੀ ਜ਼ਿੰਮੇਵਾਰ ਨਹੀਂ ਹੋਊਗਾ ਇਸ ਕਰਕੇ ਇਹ ਤਾਂ
ਸਾਨੂੰ ਪਤਾ ਹੈ ਕਦੇ ਮਾਂ ਪੁੱਤ ਦੀ ਲੜਾਈ ਵੀ ਹੋਈ ਹੈ ਕਿਸੇ ਗੱਲ ਪਿੱਛੇ ਨਹੀਂ ਹੋਈ ਮੈਂ ਤਾਂ ਬਸ ਫੈਮਿਲੀ ਫੈਮਿਲੀ ਆ ਟ੍ਰੀਟ ਕਰਦਾ ਵਧੀਆ ਤਰੀਕੇ ਨਾਲ ਮੈਨੂੰ ਟ੍ਰੀਟ ਕਰਦੇ ਨੇ ਮੈਂ ਇਹਨਾਂ ਨੂੰ ਟ੍ਰੀਟ ਕਰਦਾ ਹਨਾ ਮੇਰੀ ਪ੍ਰੋਬਲਮ ਇਹ ਸਮਝਦੇ ਨੇ ਮੈਂ ਇਹਨਾਂ ਦੀ ਪ੍ਰੋਬਲਮ ਸਮਝਦਾ ਸਾਰੇ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਇਹੀ ਗੱਲ ਹੈ ਕਿ ਸਪੋਰਟ ਕਰਦੇ ਨੇ ਪੂਰੀ ਬਹੁਤ ਵਧੀਆ ਜਦੋਂ ਅਸੀਂ ਇਹ ਵਾਲਾ ਰੂਪ ਦੇਖਿਆ ਅਸੀਂ ਸ਼ੌਕ ਸੀ ਅੱਛਾ ਪਰ ਓਦਾਂ ਦੇਖ ਕੇ ਤੁਹਾਨੂੰ ਵਧੀਆ ਲੱਗਿਆ ਮਾਸੜ ਜੀ ਨੂੰ ਕਿਵੇਂ ਲੱਗਿਆ ਸਰ ਜੇ ਮੈਂ ਬਿਲਕੁਲ ਜੇ ਦੱਸਾਂ ਬਿਲਕੁਲ ਵੀ ਪਹਿਚਾਣ ਨੀ ਪਾਇਆ ਕਿ ਬਈ ਵਾਕਈ ਜੀ ਉਹੀ ਮੁੰਡਾ ਤੁਸੀਂ ਦੱਸੋ ਤੁਸੀਂ ਹਾਰ ਦੇ ਵਿੱਚ ਰੱਖਿਆ ਹੋਇਆ ਸੀਗਾ ਵੀ ਜਿਹੜਾ ਹਾਰਿਆ ਨੂੰ ਹਾਰੇ ਨਾ ਪੁੱਗ ਨਹੀਂ ਜ਼ਿਆਦਾ ਕਰਦੇ ਚਲੋ ਸ਼ੌਕ ਤਾਂ ਇਕਦਮ ਲੱਗਦਾ ਹੀ ਹੈ ਠੀਕ ਹੈ ਨਾ ਕਿ ਉਸ ਤੋਂ ਬਾਅਦ ਲੇਕਿਨ ਫਿਰ ਦਿਲ ਨੂੰ ਖੁਸ਼ੀ ਵੀ ਹੋਈ ਕਿ ਨਹੀਂ ਕਿਉਂਕਿ ਬਿਨਾਂ ਨਾ ਆਰਥੋਡਾਕਸ ਤੁਹਾਨੂੰ ਪਤਾ ਹੀ ਹੈ ਬਿਲਕੁਲ ਉੱਥੇ ਨਵੀਂ ਬੋਲੀ ਸੋਚੀ ਦੇ ਜਿੱਥੇ ਜ਼ਿਆਦਾ ਪਿਆਰ ਪਹਿਲਾਂ ਤੁਹਾਨੂੰ ਦੋਵੇਂ ਭੈਣਾਂ ਭੈਣਾਂ ਨੂੰ ਚਾਹੁੰਦੇ ਆ ਨਹੀਂ ਤੁਸੀਂ ਆਪਣਾ ਪਰਸ ਪਾ ਲਓ ਤੁਸੀਂ ਪਰਸ ਪਾ ਕੇ ਸੋਹਣੇ ਲੱਗਦੇ ਡਿਊਟੀ ਬਿਲਕੁਲ ਸਹੀ ਗੱਲ ਆ ਮੇਰੀ ਲੋੜ ਹੈ ਨੱਚ 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 ਵੇ ਤੂੰ ਹੌਲੀ ਹੌਲੀ ਨੱਚ 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 ਵੇ ਤੂੰ ਹੌਲੀ ਹੌਲੀ ਨੱਚ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹਾਂ ਕਰਕੇ ਆਜਾ ਨੱਚ ਮੁੰਡੇ ਆ ਤੂੰ ਇਹਦੀ ਬਾਹ ਫੜ ਕੇ ਆਜਾ ਨੱਚ ਮੁੰਡੇ ਆ ਤੂੰ ਇਹਦੀ ਬਾਹ ਫੜ ਕੇ ਆਜਾ ਨੱਚ ਅੱਜ ਇੱਕ ਮਿੰਟ ਬਸ ਵੈਸੇ ਆਜਾ ਭੂਆ ਜੀ ਤੁਸੀਂ ਆਜਾ ਮਰ ਜੇ ਕੇ ਆ ਤਾਰ 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 ਦੇਖੋ ਦਾਦੀ ਪੋਤੇ ਦਾ ਪਿਆਰ 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 ਦੇਖੋ ਚਾਂਦੀ ਦਾ ਚੌਂਤਰਾ ਦੇਖੋ ਚਾਂਦੀ ਦਾ ਚੌਂਤਰਾ ਦੇਖੋ ਦਾਦੀ ਦਾ ਹੌਸਲਾ ਦੇਖੋ ਦਾਦੀ ਦਾ ਹੌਸਲਾ ਦੇਖੋ ਦਾਦੀ ਦਾ ਹੌਸਲਾ ਦੇਖੋ ਦਾਦੀ ਲੰਮੀ ਹੁੰਦੀ ਤਾਂ ਬੋਲੀ ਪਾਉਂਦੀ ਲਲਕਾਰ ਕੇ ਲੱਗੀ ਮਦਰੀ ਜੀ ਰਹੀ ਬੋਲੀ ਪੈਂਦੀ ਦਸ ਮਾਰ ਕੇ ਮਦਰੀ ਜੀ ਰਹੀ
लो जी देखो क्रिस्टल दी सारा परिवार इत्थे हाजर सी ते हाजर है। वाहिगुरु इन्हां नूं तंदुरुस्तियां बख्शे ते अज असीं आए बड़ी खुशी होई सवेर तो लैके शाम दे 5 बज गए ते जी नहीं करता इत्थों जाण नूं इस घर चों जाण नूं पर मजबूरी है। मेरे ख्याल साडा इक सिम वी भर गया ते इहनूं इहदी जिहड़ी एडिटिंग करनी है मैनूं लगदा 4-5 दिन लग जाणगे। ते मैं तुहाडा सारिआं दा बहुत शुक्रगुजार हां तुसीं सानूं इह आर्टिस्ट दित्ता ते सारिआं नूं मेरा बहुत बहुत सति श्री अकाल ते लोक रंग नूर आर्ट नूं देखण वालिआं दी बहुत चिर दी फरमाइश थी। आ दुबारा देख लो जी फरमाइश पूरी करती लोक रंग नूर आर्ट देखने वाले सारे सानू चाहण वालियां नूं साडे वल्लों सलाम है नमस्कार है सत श्री अकाल है। तुसी लोक रंग नूर आर्ट चैनल नूं सबसक्राइब करो लाइक करो कमेंट्स करो ते कमेंट्स दे विच दसो कि थोनू ए अज वाला साडा विलॉग जां थोनू क्रिस्टल दा इहदे परिवार नाल जिहड़ा मेल है साडा किहा जा लग्गिया। मेरा सरप्राइज सरप्राइज ए साडी बेबे दा सरप्राइज ठीक है जी धन्नवाद। क्योंकि लोक इहदे बारे बहुत कहिंदे ने कि वीडियो पॉज या कोई इहनां नूं ओसे करके अज असीं इहदे जिहड़ा असीं बना रहे हां मतलब ओदा नवे सरप्राइज रखता भी लोग खुश होण ते लाइक शेयर जरूर करियो जी जी साडी गुलाबो नूं साडे लड्डू नूं जी सत श्री अकाल सत श्री अकाल।